ਇਹਦੇ ਉੱਤੇ ਇੱਕ ਹੋਰ ਸਵਾਲ ਆਨਲਾਈਨ ਵੀ ਤੁਸੀਂ ਹੁਣ ਅਰਨ ਕਰ ਰਹੇ ਹੋ ਫੇਸਬੁੱਕ ਤੋਂ ਓਏ ਆਖਰੀਆ ਨਾ ਜਿਹੜਾ ਉਹ ਕਿਤਨੇ ਆਨਲਾਈਨ ਉਹ ਵੀ ਪਾ ਕੇ ਟਿਕਟਾਕ 'ਤੇ ਲਾਈਵ ਹੋਣਾ ਉੱਤੇ ਤੇਰੇ ਭਰਾ ਮੈਨੂੰ ਗਿਫਟਿੰਗ ਕਰਦੇ ਨੇ ਉਹ ਪਾ ਕੇ ਤੇ ਆਪਣਾ ਕੰਮ ਛੁੱਟੀਆਂ ਮੈਚ ਉੱਤੇ ਜਾਓ ਮੈਚ ਉੱਤੇ ਖਰਚੇ ਵੀ ਸਨ ਮਤਲਬ ਕਿ ਕਬੱਡੀ ਦਾ ਮੈਚ ਉੱਤੇ ਜਾਇਏ 3-400 ਯੂਰੋ ਦੋ ਵੀ ਸਨ ਲੱਭ ਜਾਂਦਾ ਟਿਕਟ ਉਹਨਾਂ ਦੀ ਹੁੰਦੀ ਹੈ ਉਹਦੇ ਵਿੱਚ ਤੇ 10 ਲੱਖ ਰੁਪਿਆ ਮੈਨੂੰ ਬਚ ਜਾਂਦਾ 8 10 9 ਥੋੜੇ ਦਸਤੇ ریل اے اے او ਗੋਫਰ ਬਤਾ ਮੈਨੂੰ ਪਤਾ ਨਾ ਫੇਸਬੁਕ ਤੋਂ ਕਿੰਨੇ ਆਂਦੇ ਮੈਂ ਤਾਂ ਹੰਦਾ ਸੁਣਾਣਾ ਡਾਡਾ ਫੇਸਬੁਕ ਦਾ ਜਿਹੜਾ ਫੰਕਸ਼ਨ ਹੈ ਹੋਰ ਹੈ ਸਾਡਾ ਫੰਕਸ਼ਨ ਹੋ ਰਿਹਾ ਹੈ ਹੱਡਾ ਫੰਕਸ਼ਨ ਹੋ ਰਿਹਾ ਹੈ ਮੇਰਾ ਹੋਰ ਹੈ ਤੂੰ ਤਾਂ ਰੋਜ਼ ਵੀਡੀਓ ਪਾਣੀ ਹੁੰਦੀ ਹੈ ਮੈਂ ਮਤਲਬ ਕਦੀ ਦਿਲ ਚਾਹਦਾ ਆ ਡਾੜਾ ਮੈਂ ਵੀਡੀਓ ਹੀ ਨਾ ਪਾਵਾਂ ਤੇ ਜੇ ਪਾਉਂ ਤਾਂ ਦਿਹਾੜ ਚ ਦਾ ਪਾ ਦੇ ਜੇ ਦਿਲ ਚਾ ਮੇਰਾ ਧਿਆਨ ਨਾ ਮੈਂ ਹਟ ਤੇ ਮੰਡ ਕਢਾ ਦੇ ਤਾਂ ਫਿਰ ਗੱਲ ਤਾਂ ਬਰਾਬਰ ਹੀ ਹੋ ਨਹੀ ਨਹੀ ਬਰਾਬਰ ਨਾ ਨਾ ਹੈ ਮੇਰਾ ਮਤਲਬ ਕਿ ਕਦੀ ਕੰਪੀਟੀਸ਼ਨ ਹੋਵੇ ਉਹਦਾ ਜਾਂ ਵਗੈਰਾ ਵੈਰਾ ਬਹੁਤ ਘੱਟ ਵੀਡੀਓ ਲਗਦੀਆਂ ਨੇ ਤੁਹਾਡੀਆਂ ਰੋਜ਼ ਲਗ ਤੁਸੀਂ ਤੱਬਰ ਰੁਪਈਆ ਦੇ ਕਮਾਂਦੇ ਉੱਤੇ ਅਸੀਂ ਬੜੇ ਘੱਟ ਮੰਨਿਆ ਇਨਾਮ ਤਾਂ ਤੁਸੀਂ 5-5 ਲੱਖ ਦਿੰਦੇ ਹੋ ਪੰਜ ਵੇ ਗੋਣਾ ਹੁਣ ਦੇ ਇਸੇ ਮਹੀਨੇ ਵਿੱਚ ਇੱਕ ਬੰਦੇ ਨੂੰ 7-8 ਲੱਖ ਰੁਪਈਆ ਲੱਭ ਜਾਏ ਉਹਦੇ ਵਿੱਚੋਂ ਜਿਹੜੇ ਸੰ ਗਿਫਟਿੰਗ ਦੇ ਪੈਸੇ ਆਏ ਹੁੰਦੇ ਨੇ ਛੋੜ ਜਿਹੜੇ ਸੰ ਟਿਕਟੌਕ ਤੇ ਸਪੋਰਟ ਕਰਦੇ ਨੇ ਉਹਦੇ ਵਿੱਚੋਂ ਕਿਸੇ 플레이ਰ ਨੂੰ ਰੁਪਈਆ ਲੱਖ ਦੋ ਅਸੀਂ ਦੇ ਵੀ ਚੜੀਏ ਤੇ ਕੋਈ ਮਸਲਤ ਨਹੀਂ